ਸ਼੍ਰੋਮਣੀ ਅਕਾਲੀ ਦਲ ਵੱਲੋਂ 2 ਫਰਵਰੀ ਨੂੰ ਸੰਗਰੂਰ ਚ ਕੀਤੀ ਜਾਣ ਵਾਲੀ ਰੈਲੀ ਵਾਸਤੇ ਪਾਰਟੀ ਪੂਰੀ ਵਾਲ ਕਰ ਰਹੀ ਹੈ। ਇਸ ਰੈਲੀ ਨੂੰ ਵਿਰੋਧੀ ਧਿਰਾਂ ਢੀਂਡਸਾ ਪਰਿਵਾਰ ਦੇ ਖਿਲਾਫ ਸ਼ਕਤੀ ਪ੍ਰਦਰਸ਼ਨ ਮੰਨ ਰਹੀਆਂ ਨੇ, ਜਦਕਿ ਲਹਿਰਾ ਗਾਗਾ ਚ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਰੈਲੀ ਨੂੰ ਕਾਂਗਰਸ ਖਿਲਾਫ ਦੱਸਿਆ। ਪ੍ਰੋਫੈਸਰ ਚੰਦੂਮਾਜਰਾ ਨੇ ਇਲਜ਼ਾਮ ਲਗਾਇਆ ਕਿ ਕੈਪਟਨ ਸਰਕਾਰ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੋ ਕੇ ਚੂਨਾ ਲਗਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹਦੇ ਵੱਲੋਂ ਜਿਹੜੀ 2 ਤਰੀਕ ਦੀ ਰੈਲੀ ਹੋ ਰਹੀ ਆ ਉਹਦੇ 'ਚ ਸ਼ਾਮਿਲ ਹੋਣ ਲਈ ਵੀ ਸੱਦਾ ਦਿੱਤਾ, ਕਿਉਂਕਿ 2 ਤਰੀਕ ਦੀ ਜਿਹੜੀ ਰੈਲੀ ਆ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਲੀਕੇ ਪ੍ਰੋਗਰਾਮਾਂ ਦੀ ਇੱਕ ਲੜੀ ਆ, ਜਿਹੜੇ ਜਨਤਕ ਤੌਰ 'ਤੇ ਅਸੀਂ ਸੜਕਾਂ 'ਤੇ ਉਤਰੇ ਹਾਂ। ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਜਿਹੜੀਆਂ ਜਾਤੀਆਂ ਨੇ ਅੱਤਿਆਚਾਰ ਧੱਕਾ ਨਿਆਂ, ਇੱਕ ਤਾਂ ਤਸ਼ੱਦਦ ਪੁਲਿਸ ਦਾ ਹੋ ਰਿਹਾ, ਇੱਕ ਤਸ਼ੱਦਦ ਜੇਬਾਂ 'ਤੇ ਹੋ ਰਿਹਾ। ਪੁਲਿਸ ਤਸ਼ੱਦਦ ਨਾਲ ਤਾਂ ਫਰੌਤੀਆਂ, ਡਕੈਤੀਆਂ, ਮਾਰ ਧਾੜ, ਕਤਲੋ ਗਾਰਤ, ਕਬਜ਼ੇਬਾਜ਼ੀ ਦਾ ਦੌਰ ਜਿਹੜਾ 3 ਸਾਲਾਂ 'ਚ ਪੰਜਾਬ ਚੱਲ ਰਿਹਾ ਉਹਦੇ ਸਤਾਏ ਹੋਏ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ, ਇੱਕ ਜਿਹੜਾ ਜੇਬਾਂ 'ਤੇ ਤਸ਼ੱਦਦ ਹੋਇਆ, ਮਤਲਬ ਖਾਸ ਤੌਰ 'ਤੇ ਬਿਜਲੀ ਦਾ ਇੱਕ ਬਹੁਤ ਵੱਡਾ ਸਕੈਂਡਲ ਘੁਟਾਲਾ ਸਾਹਮਣੇ ਆਇਆ, ਮਤਲਬ ਹੱਦੋਂ ਹੀ ਵੱਧ ਗੱਲ ਹੋ ਗਈ ਵੀ 4,100 ਕਰੋੜ ਰੁਪਈਆ ਸਿੱਧਾ ਹੀ ਪੰਜਾਬ ਦਾ ਲੁਟਾਤਾ ਥਰਮਲ ਪਲਾਂਟ ਦੀਆਂ ਕੰਪਨੀਆਂ ਨੂੰ। ਜਿਹੜਾ ਕੇਸ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਸਰਕਾਰ ਨੇ ਜਿੱਤਿਆ ਉਹੀ ਕੇਸ ਸੁਪਰੀਮ ਕੋਰਟ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਹਾਰ ਗਈ। ਮਤਲਬ ਚੋਰ ਅਤੇ ਕੁੱਤੀ ਰਲੇ ਹੋਣ ਦਾ ਸਿੱਧਾ ਸਬੂਤ ਆ, ਮਿਲੀ ਭੁਗਤ ਦਾ ਸਿੱਧਾ ਸਬੂਤ ਆ, ਔਰ ਰਲ ਮਿਲ ਕੇ ਪੰਜਾਬ ਦੇ ਲੋਕ ਲੁੱਟੇ ਗਏ। 4,100 ਕਰੋੜ ਰੁਪਈਆ ਹੁਣ ਲਗਾਤਾਰ ਪੰਜਾਬ 'ਤੇ ਸਿਰ ਪੈਂਦਾ ਰਹੇਗਾ। ਧੋਤਾ ਹੋਇਆ ਕੋਲਾ ਜਿਹੜਾ ਦੇਣਾ ਸੀ ਹੁਣ ਬਿਨਾਂ ਧੋਤੇ ਕੋਲਾ ਦੇਣਗੇ ਅਤੇ 4,100 ਕਰੋੜ ਰੁਪਈਆ ਵਾਧੂ ਵਜਨ ਪਏਗਾ ਪੰਜਾਬ ਦੇ ਲੋਕਾਂ ਦੀ ਜੇਬਾਂ 'ਤੇ। ਇਹਦਾ ਜਵਾਬ ਕੈਪਟਨ ਸਾਹਿਬ ਦੇ ਨਹੀਂ ਰਹੇ ਕੋਈ। ਹੁਣ ਵਾਈਟ ਪੇਪਰ ਜਾਰੀ ਕੀਤਾ ਥਰਮਲ ਪਲਾਂਟਾਂ ਬਾਰੇ, ਵਾਈਟ ਪੇਪਰ ਜਾਰੀ ਕਰਨ ਆਰਥਿਕਤਾ ਬਾਰੇ, ਪੰਜਾਬ ਦੀ ਆਰਥਿਕ ਹਾਲਤ ਮਾੜੀ ਕਿਉਂ ਹੋ ਰਹੀ ਆ, ਪੰਜਾਬ ਦੇ ਖਜ਼ਾਨੇ 'ਚ ਪੈਸਾ ਕਿਉਂ ਨਹੀਂ ਜਾ ਰਿਹਾ, ਪੰਜਾਬ ਦੇ ਖਜ਼ਾਨੇ 'ਚ ਲੀਕੇਜ ਕਿੱਥੇ ਹੋ ਰਹੀ ਆ। ਦੇਖੋ ਸਾਡਾ ਦੋਸ਼ ਆ ਵੀ 5,500 ਕਰੋੜ ਰੁਪਈਆ ਸ਼ਰਾਬ ਦੀ ਵਿਕਰੀ ਦਾ ਪੰਜਾਬ ਦੇ ਖਜ਼ਾਨੇ 'ਚ ਅਕਾਲੀ ਸਰਕਾਰ ਸਮੇਂ ਆਉਂਦਾ ਸੀ, ਉਹ ਤੋਂ ਬਾਅਦ ਤਾਂ ਹੁਣ ਸ਼ਰਾਬ ਮਹਿੰਗੀ ਹੋ ਗਈ, ਹੁਣ ਤਾਂ ਵੱਧ ਆਉਣਾ ਚਾਹੀਦਾ ਸੀ, ਬਲਕਿ ਹੁਣ ਆ ਰਿਹਾ ਘਾਟਾ 4,000 ਕਰੋੜ ਰੁਪਈਆ, ਐਕਚੁਅਲੀ ਤਾਂ 3,000 ਕਰੋੜ ਰੁਪਈਆ ਹੀ ਆਇਆ ਅਜੇ ਤੱਕ। ਅਤੇ ਇਹ ਜਿਹੜਾ 2,500 ਕਰੋੜ ਤਾਂ ਸਿੱਧਾ ਹੀ ਚੂਨਾ ਸ਼ਰਾਬ ਦੀ ਵਿਕਰੀ 'ਚ ਹੀ ਲੱਗ ਗਿਆ, ਨਜਾਇਜ਼ ਸ਼ਰਾਬ ਵਿਕ ਰਹੀ ਆ, ਹਰਿਆਣੇ ਤੋਂ ਆ ਰਹੀ ਆ, ਹਿਮਾਚਲ ਤੋਂ ਆ ਰਹੀ ਆ, ਰਾਜਸਥਾਨ ਤੋਂ ਆ ਰਹੀ ਆ, ਇਸੇ ਤਰ੍ਹਾਂ ਨਜਾਇਜ਼ ਮਾਈਨਿੰਗ ਦਾ ਧੰਦਾ ਹੋ ਰਿਹਾ, ਇਸੇ ਤਰ੍ਹਾਂ ਜੰਗਲ ਦੀ ਲੱਕੜੀ ਚੋਰੀ ਹੋ ਰਹੀ ਆ, ਯਾਨੀ ਖਜ਼ਾਨੇ ਦੇ ਸੋਰਸ ਸਾਰੇ ਖਤਮ ਨੇ। ਇਸੇ ਕਰਕੇ ਪੰਜਾਬ ਦੀ ਸਰਕਾਰ ਕੋਲ ਦੁਆਨੀ ਖਰਚ ਲਈ ਨਹੀਂ ਹੈ, ਅਤੇ ਇਸ ਅਨਿਆਂ ਅਤੇ ਆਰਥਿਕ ਲੁੱਟ ਦੇ ਵਿਰੁੱਧ ਅਕਾਲੀ ਦਲ ਸੜਕਾਂ 'ਤੇ ਉਤਰਿਆ, ਔਰ ਅਕਾਲੀ ਦਲ ਨੇ ਜਦੋ ਜਹਿਦ ਦਾ ਰਾਹ ਫੜਿਆ। 2 ਤਰੀਕ ਨੂੰ ਸੰਗਰੂਰ 'ਚ ਰੈਲੀ ਹੋ ਰਹੀ ਆ, ਉਹਦੇ ਲਈ ਵੀ ਅਸੀਂ ਵਰਕਰ ਨੂੰ ਕਿਹਾ। ਜ਼ਿਕਰਯੋਗ ਹੈ ਕਿ ਬਿਨਾਂ ਕਿਸੇ ਮਕਸਦ ਪਹਿਲਾਂ ਤੇ ਰੈਲੀ ਐਲਾਨੀ ਗਈ ਹੈ ਅਤੇ ਇਸ ਰੈਲੀ ਨੂੰ ਕਾਮਯਾਬ ਬਣਾਉਣ ਲਈ ਪਾਰਟੀ ਵੱਲੋਂ ਲਾਇਆ ਜਾ ਰਿਹਾ ਜ਼ੋਰ ਕੁਝ ਹੋਰ ਹੀ ਇਸ਼ਾਰਾ ਕਰਦਾ ਹੈ। ਲਹਿਰਾ ਗਾਗਾ ਤੋਂ ਗਗਨਦੀਪ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਣਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।